ਮਾਸਟਰ ਕੈਡਰ ਹਿੰਦੀ ਪੰਜਾਬੀ ਐਸਐਸਟੀ ਵਾਲਿਆਂ ਦਾ ਜਿਵੇਂ ਸੰਘਰਸ਼ ਚੱਲ ਰਿਹਾ ਹੈ ਪੀਟੀਆਈ ਅਧਿਆਪਕਾਂ ਦਾ ਵੀ ਸੰਘਰਸ਼ ਚੱਲ ਰਿਹਾ ਹੈ 646 ਪੀਟੀਆ ਅਧਿਆਪਕਾਂ ਦਾ ਬਹੁਤ ਲੰਬੇ ਚਿਰ ਤੋਂ ਇਹ ਸੰਘਰਸ਼ ਕਰ ਰਹੇ ਨੇ 11 ਸਾਲਾਂ ਤੋਂ ਦਰਦਦਰ ਦੀਆਂ ਠੋਕਰਾਂ ਖਾ ਕੇ ਬੇਰੋਜ਼ਗਾਰ 646 ਪੀਟੀਆ ਅਧਿਆਪਕ ਜੋ ਕਿ ਪਿਛਲੇ 31 ਦਿਨਾਂ ਤੋਂ ਲਗਾਤਾਰ ਮਾਲੀ ਟੈਂਕੀ ਵਿਖੇ ਤਰਨੇ ਤੇ ਬੈਠਾ ਸੀ ਪੰਜਾਬ ਦੇ ਲਾਰਿਆਂ ਤੋਂ ਅੱਕ ਕੇ ਬੇਰੋਜ਼ਗਾਰ 646 ਪੀਟੀਆ ਅਧਿਆਪਕ ਦਰਜੀਤ ਸਿੰਘ ਕਾਕਾ ਮੌਤ ਦੇ ਮੋਹ ਵਿੱਚ ਗਿਆ ਕਾਂਗਰਸ ਸਰਕਾਰ ਕਰ ਕਰ ਨੌਕਰੀ ਦਾ ਵਾਅਦਾ ਕਰਕੇ ਸੱਤਾ ਦੇ ਵਿੱਚ ਆਈ ਸੀ ਹੁਣ ਕਰ ਕਰ ਲਾਸ਼ਾਂ ਵਿਚਾਰ ਰਹੀ ਹੈ ਸ਼ਰਮ ਹੋਣੀ ਚਾਹੀਦੀ ਹੈ ਚੰਨੀ ਸਰਕਾਰ ਨੂੰ ਜਨਤਾ ਵਿੱਚ ਜਾ ਰਹੇ ਨੇ ਲੇਕਿਨ ਅਸਲੀ ਜਨਤਾਦੋਸਤ ਇਹ ਹੈ ਇਹਨਾਂ ਨੂੰ ਮਿਲੋ ਦਿੱਲੀ ਕਿਸਾਨ ਮੋਰਚੇ ਤੇ ਜੋ ਸ਼ਹੀਦ ਹੋਏ ਨੇ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਹੈ ਉਹਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾ ਰਹੀ ਹੈ ਲੇਕਿਨ ਜੋ ਪੜ੍ਹ ਲਿਖ ਕੇ ਨੌਕਰੀ ਦੇ ਹੱਕਦਾਰ ਨੇ ਉਹ ਮੋਰਚੇ ਤੇ ਮਾਰੇ ਜਾ ਰਹੇ ਨੇ ਸ਼ਹੀਦ ਹੋ ਰਹੇ ਨੇ ਉਹ ਵੀ ਉਹਨਾਂ ਨੂੰ ਕੋਈ ਰੋਜ਼ਗਾਰ ਨਹੀਂ ਦਿੱਤਾ ਜਾ ਰਿਹਾ ਕੋਈ ਹੁਣ ਨੌਕਰੀ ਦਿਓ ਇਹਨਾਂ ਨੂੰ ਵੀ ਇਹ ਵੀ ਸ਼ਹੀਦੀ ਹੋਇਆ ਬੱਚਾ ਸ਼ਰਮ ਆਉਣੀ ਚਾਹੀਦੀ ਹੈ ਫਿਰ ਤੇ ਉਹ ਸਰਕਾਰ ਦੇ